सत श्रीकाल जी, तुसी देख रहे हो अजी टीवी ते। मैं हां नैर सिंह सिद्धू। जिते दिल्ली दे बॉर्डर ते किसानी संघर्ष ने अपनी जित प्राप्त कीती हैगी अते थां थां ते जश्न भी मनाया, क्योंकि एक साल तो वधदा समा हो चुका सी अते किसानां ने अपनी ये जित प्राप्त कीती, बहुत वड्डी जित प्राप्त कीती हैगी। उस तो बाद हजे भी जिहड़े किसान जथेबंदियां वो अपनियां जिहड़ियां अगलियां रूपरेखा अख्तियार कर रहियां बना रहियां हैगियां, क्योंकि जिहड़े वड्डे बिल सी उह तां इन्हां ने रिजेक्ट करा दिते, वापस करा दिते हैगे, पर जिहड़ियां कुछ मंगां सीगियां जिवें MSP सीगी जां होर कई मंगां सीगियां उह हजे भी लटक रहियां हैगियां। उस नूं लै के अज जिहड़ी इह मीटिंग हो रही हैगी, आपां गल करदे हां भारतीय किसान किरती किसान यूनियन दे आगू आ साडे नाल जुड़े हैगे, उन्हां नाल गल करांगे। सत श्री अकाल जी। सत श्री अकाल जी, धन्यवाद तुहाडे चैनल दा। मेरा नाम अमरजीत हाणी, ਕਿਰਤੀ ਕਿਸਾਨ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ। ਜਿਹੜੀ ਅੱਜ ਦੀ ਮੀਟਿੰਗ ਆ, ਅੰਦੋਲਨ ਦਿੱਲੀ ਤੋਂ ਜਿੱਤਣ ਤੋਂ ਬਾਅਦ ਪਹਿਲੀ ਮੀਟਿੰਗ ਹੋ ਰਹੀ ਆ, ਕਿ ਜਿਹੜੇ ਸਾਡੇ ਕੁਛ ਮੰਗਾਂ ਰਹਿ ਗਿਆ, MSP ਵਾਲਾ ਮੁੱਦਾ ਰਹਿ ਗਿਆ, ਜਿਹੜਾ ਮਿਸ਼ਰੇ ਨੂੰ ਬਰਖਾਸਤ ਨਹੀਂ ਕੀਤਾ, ਲਖੀਮਣਪੁਰ ਵਾਲੀਆਂ ਘਟਨਾ ਜਿਹੜੀਆਂ ਹਜੇ ਉਹ ਦੋਸ਼ੀਆਂ ਨੂੰ ਜਿਹੜੀ ਸਜ਼ਾ ਨਹੀਂ ਦਿੱਤੀ ਗਈ, ਉਹਨਾਂ ਮਸਲਿਆਂ ਨੂੰ ਲੈ ਕੇ, ਅਤੇ ਪੰਜਾਬ ਦੀਆਂ ਜਿਹੜੀਆਂ ਮੌਜੂਦਾ ਵਿਧਾਨ ਸਭਾ ਚੋਣਾਂ, ਇਹਨਾਂ ਦੇ ਵਿੱਚ ਕਿਸਾਨੀ ਅਤੇ ਲੋਕਾਂ ਦੇ ਮੁੱਦੇ ਕੀ ਹੋਣੇ ਚਾਹੀਦੇ, ਇਹਦੇ ਸੰਬੰਧ 'ਚ ਅਸੀਂ ਜ਼ਿਲ੍ਹੇ ਦੀ ਮੀਟਿੰਗ ਕੀਤੀ। ਹੁਣ ਜਿਵੇਂ ਚੋਣਾਂ ਨੇੜੇ ਆ ਗਈਆਂ, ਹੁਣ ਫਿਰ ਜਿਹੜੇ ਸੀਗੇ ਸਿਆਸੀ ਆਗੂ ਸੀਗੇ ਉਹ ਤੁਹਾਡੇ ਕੋਲ ਵੋਟਾਂ ਲੈਣ ਆ ਰਹੇ ਹੈਗੇ, ਉਹਨਾਂ ਨਾਲ ਕਿਸ ਤਰ੍ਹਾਂ ਦਾ ਸੁਲਾ ਹੋਊਗਾ? ਦੇਖੋ ਜੀ, ਸਵਾਲ ਤਾਂ ਸਾਡੇ ਆਟੋਮੈਟਿਕ ਹੀ ਹੈ ਕਿ ਜਿਹੜੀ ਵੀ ਸੱਤਾਧਾਰ ਪਾਰਟੀ ਹੁੰਦੀ ਹੈ, ਜਦੋਂ ਸਾਨੂੰ ਵੋਟਰ ਸਮਝਦੇ, ਅਸੀਂ ਸਵਾਲ ਤਾਂ ਉਹਨਾਂ ਨੂੰ ਕਰਨੇ ਆ, ਕਿਉਂਕਿ ਪਹਿਲਾਂ ਉਦੋਂ ਜ਼ਿਆਦਾ ਸੀਗਾ BJP ਨਾਲ ਚੱਲਦਾ, ਹੁਣ ਵੀ ਸਾਡਾ ਰਹੂਗਾ ਕਿ ਜਿਹੜੇ BJP ਦੇ ਭਾਈਵਾਲ ਹੋਣਗੇ ਉਹਨਾਂ ਤੋਂ ਪੁੱਛਾਂਗੇ ਵੀ ਜਿਹੜਾ ਸਾਡੇ 750 ਕਿਸਾਨਾਂ ਦੀ ਜਿਹੜੀ ਮੌਤ ਹੋਈ ਆ, ਸ਼ਹੀਦ ਹੋਇਆ, ਉਹਨਾਂ ਬਾਰੇ ਤੁਹਾਡਾ ਕੀ ਆ? ਦੂਜਾ, ਜਿਹੜਾ ਇਹ ਵਿਦੇਸ਼ੀ ਨੀਤੀਆਂ ਨੂੰ, ਇਹਨਾਂ ਨੂੰ ਤੁਸੀਂ ਕਿਹੜੇ ਹਿਸਾਬ ਨਾਲ ਰੋਕੋਗੇ, ਜਿਹੜਾ ਨਿੱਜੀਕਰਨ ਦਾ ਚੱਲ ਰਿਹਾ ਜਿਹਦੇ ਕਰਕੇ ਸਾਡੇ ਰੁਜ਼ਗਾਰ ਖੁੱਚ ਰਿਹਾ, ਇਹ ਸਵਾਲ ਆ ਜਿਹੜੇ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਤਾਂ ਕਰਾਂਗੇ ਆਉਣ ਵਾਲੇ ਦਿਨਾਂ 'ਚ। ਬਠਿੰਡਾ ਤੋਂ ਜੇ ਕਹਿ ਲਈਏ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਕਿਸਾਨਾਂ ਦਾ ਸੰਪੂਰਨ ਕਰਜ਼ਾ ਮਾਫ਼ ਕੀਤਾ ਜਾਊਗਾ, ਪਰ 5 ਸਾਲ ਟੱਪ ਗਏ, ਉਹ ਨਹੀਂ ਕੀਤਾ ਗਿਆ। ਹੁਣ ਫਿਰ ਵੱਡੇ ਵੱਡੇ ਲਾਰੇ ਦਿੱਤੇ ਜਾ ਰਹੇ ਹੈਗੇ ਵੀ ਅਸੀਂ ਆਹ ਚੀਜ਼ ਫਰੀ ਦੇਵਾਂਗੇ, ਸਕੂਟਰੀਆਂ ਵੀ ਦੇਵਾਂਗੇ ਬੱਚਿਆਂ ਨੂੰ, ਅਤੇ ਹੋਰ ਵੀ ਵੱਡੇ ਵੱਡੇ ਲਾਰੇ ਵੀ 2000 ਰੁਪਇਆ, ਕੋਈ 1000 ਰੁਪਇਆ ਕਹਿੰਦਾ ਵੀ ਮਹਿਲਾਵਾਂ ਨੂੰ ਵੀ ਦੇਵਾਂਗੇ। ਦੇਖੋ ਜੀ, ਪਹਿਲੀ ਗੱਲ ਤਾਂ ਕੋਈ ਚੀਜ਼ ਫਰੀ ਨਹੀਂ ਹੁੰਦੀ। ਮੈਂ ਸਰਕਾਰ ਨੂੰ 32 ਰੁਪਏ ਟੈਕਸ ਦਿੰਦਾ, ਅਤੇ ਸਰਕਾਰ ਦੇ ਖਜ਼ਾਨੇ 'ਚ ਜਿਹੜੇ ਪੈਸੇ ਜਾਂਦੇ, ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ, ਸਿਹਤ ਦੀ, ਪੜ੍ਹਾਈ ਦੀ, ਸਾਰੀਆਂ ਚੀਜ਼ਾਂ ਸਰਕਾਰ ਦੀਆਂ ਮੁੱਢਲੀਆਂ ਜ਼ਿੰਮੇਵਾਰੀਆਂ। ਠੀਕ ਆ, ਸਾਰੇ ਸਿਆਸੀ ਪਾਰਟੀਆਂ ਜਦੋਂ ਚੋਣਾਂ ਆਉਂਦੀਆਂ ਉਹ ਸਾਨੂੰ ਐਂ ਸਮਝ ਲੈਂਦੇ ਆ ਕਿ ਜਿਵੇਂ ਅਸੀਂ ਭਿਖਾਰੀ ਹਾਂ, ਕਿ 2000 ਦੇਵਾਂਗੇ, 1000 ਰੁਪਏ ਦੇਵਾਂਗੇ, ਕੋਈ ਕਹਿੰਦਾ ਸਕੂਟਰ ਦੇਵਾਂਗੇ, ਕੋਈ ਕਹਿੰਦਾ ਸਾਈਕਲ ਦੇਵਾਂਗੇ। ਇਹ ਚੋਣਾਂ ਤੋਂ ਪਹਿਲਾਂ ਇੱਕ ਲੋਲੀਪੋਪ ਆ, ਇਹ ਲੋਲੀਪੋਪ ਦੇਖ ਕੇ ਲੋਕਾਂ ਨੂੰ ਐਂ ਲੱਗਦਾ ਕਿ ਅਸੀਂ ਸਾਰਿਆਂ ਨੂੰ ਬਸ 'ਚ ਕਰ ਲਾਂਗੇ। ਕਈ ਵਾਰੀ ਲੋਕ ਵਿਚਾਰੇ ਗਮਰਾਹ ਹੋ ਕੇ ਜਾਂ ਉਹਨਾਂ ਨੂੰ ਇਹ ਲੱਗਦਾ ਵੀ ਸਾਡਾ ਮਸਲਾ ਹੱਲ ਹੋ, ਜਿਵੇਂ ਘਰ ਘਰ ਨੌਕਰੀ, ਸਾਰਾ ਕਰਜ਼ੇ ਦੇ ਮਾਫੀ ਦਾ ਕਰਕੇ, ਪਰ ਜਦੋਂ ਸੱਤਾ 'ਤੇ ਬਹਿ ਗਏ ਉਦੋਂ ਬਾਅਦ ਨਹੀਂ ਹੋਣਾ। ਇੰਨਾ ਪੈਸਾ ਆਊ ਕਿੱਥੋਂ? ਜੇ ਪੈਸਾ ਆਊਗਾ ਤਾਂ ਉਹ ਪੈਸੇ ਨੂੰ ਫਿਰ ਲੋਕਾਂ ਦੀ ਖਾਤਰ ਤੁਸੀਂ ਲਾਉਣੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ, ਪਰ ਹੁਣ ਸਿਆਸੀ ਪਾਰਟੀਆਂ ਇਹ ਸਮਝਦੀਆਂ ਕਿ ਅਸੀਂ ਲੋਕਾਂ ਨੂੰ ਵੋਟਾਂ ਦੀ ਰਿਸ਼ਵਤ ਦੇ ਕੇ ਅਸੀਂ ਗੱਦੀ 'ਤੇ ਬਹਿ ਜਾਈਏ, ਉਦੋਂ ਬਾਅਦ ਜਿਹੜਾ ਕੀ ਬਣੇ ਕੀ ਨਾ ਬਣੇ ਇਹ ਲੋਕਾਂ ਲਈ ਵਾਲੀ ਸਿਰਦਾ ਦੀ ਨਹੀਂ, ਸਿਰਫ ਉਹਨਾਂ ਤੋਂ ਆਇਆ ਵੀ ਸੱਤਾ 'ਤੇ ਕਿਹੜੇ ਹਿਸਾਬ ਨਾਲ ਬੈਠਣਾ, ਉਹਦਾ ਕਰਕੇ ਇਹ ਧੜਾ ਜਿਹੜੇ ਪ੍ਰਚਾਰ ਕਰਦੇ, ਧੜਾ ਜਿਹੜੇ ਲਾਰੇ ਲਾ ਰਹੇ ਆ, ਧੜਾ ਜਿਹੜੇ ਵਾਅਦੇ ਕਰ ਰਹੇ ਆ, ਪਰ ਹੱਲ ਨਹੀਂ ਇਹਨਾਂ ਦਾ ਹੋਣਾ। ਇਹ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ, ਕੁਛ ਆਗੂ ਹੁੰਦਾ ਕਿ ਜੇ ਤਾਂ ਦੂਸਰੀ ਪਾਰਟੀ ਕੋਈ ਵਾਅਦਾ ਕਰਦੀ ਹੈ ਤਾਂ ਉਹ ਕਿਉਂ ਕਰਦੀ ਹੈ, ਉਹ ਭਿਖਾਰੀ ਬਣਾਉਂਦੀ ਹੈ। ਪਰ ਸਿੱਧੂ ਨੇ ਪਿਛਲੇ ਵਾਰੀ ਕਿਹਾ ਸੀਗਾ ਵੀ ਜੇ ਕੋਈ 1000 ਰੁਪਇਆ ਦਿੰਦਾ ਤਾਂ ਅਸੀਂ ਚਲਾ ਕੇ ਮਾਰਾਂਗੇ, ਪਰ ਹੁਣ ਉਹ ਕਹਿੰਦਾ ਜੀ ਅਸੀਂ 2000 ਰੁਪਇਆ ਦੇਵਾਂਗੇ, ਅਤੇ ਹੁਣ ਨਹੀਂ ਭਿਖਾਰੀ ਬਣਾ ਰਹੇ। ਸਿੱਧੂ ਸਾਹਿਬ, ਸਾਡੇ ਇੱਕ ਕਹਾਵਤ ਆ ਪੰਜਾਬੀਆਂ ਵੀ, ਤਾਏ ਦੀ ਧੀ ਚੱਲੀ ਕਿਉਂ ਮੈਂ ਕਿਉਂ ਰਹੇਗੀ ਇਕੱਲੀ। ਜੇ ਇੱਕ ਨੇ ਕਹਿੰਦਾ ਵੀ ਮੈਂ ਖੂਹ 'ਚ ਡਿੱਗਣਾ, ਦੂਜਾ ਕਹਿੰਦਾ ਮੈਂ ਗੱਡੀ ਥੱਲੇ ਆਊਂਗਾ। ਇਹੀ ਸਿੱਧੂ ਸੀ ਜਿਹੜਾ ਕਹਿੰਦਾ ਸੀ ਕੇਜਰੀਵਾਲ ਨੇ 1000 ਦਾ ਕਿਉਂ ਕਰਿਆ, ਇਹਨੇ ਵੋਟਾਂ ਦੇ ਲੈਣ ਦੇ ਬਾਰੇ ਇਹਨੇ 2000 ਕਰਤਾ। ਸੁਖਵੀਰਵਾਲ ਦਾ ਕਹਿੰਦਾ ਮੈਂ 24,000 ਸਾਲ ਦਾ ਦੇ ਕਰੂੰਗਾ, ਜਿਹੜੀ ਕਿ ਸਾਰੀਆਂ ਪਾਰਟੀਆਂ ਸਾਨੂੰ ਐਂ ਹੀ ਸਮਝਦੀਆਂ ਵੀ ਅਸੀਂ ਇਹਨਾਂ ਨੂੰ ਐਂ ਕਹਿ ਕੇ ਕੇਰਾਂ ਗੱਦੀ ਲੈ ਲਈਏ, ਉਦੋਂ ਬਾਅਦ ਬਣਨਾ ਨਾ ਬਣਾਉਣਾ ਇਹਨਾਂ ਲਈ ਸਿਰਦਰਦੀ ਨਹੀਂ। ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਰੁਜ਼ਗਾਰ। ਜੇ ਮੇਰੀ ਭੈਣ ਨੂੰ ਰੁਜ਼ਗਾਰ ਹੋਵੇ ਸਾਨੂੰ ਲੋੜ ਹੀ ਨਹੀਂ ਨਾ 2000 ਰੁਪਏ ਦੀ, ਜੇ ਸਾਡੇ ਬੱਚੇ ਨੂੰ ਰੁਜ਼ਗਾਰ ਹੋਵੇ ਸਾਨੂੰ ਲੋੜ ਹੀ ਨਹੀਂ ਇਹਨਾਂ ਦੇ ਪੈਸੇ ਕੰਨੀ ਨਹੀਂ। ਸਾਨੂੰ ਰੁਜ਼ਗਾਰ ਚਾਹੀਦਾ, ਸਾਨੂੰ ਵਧੀਆ ਸਿਹਤ ਸਹੂਲਤਾਂ ਚਾਹੀਦੀਆਂ, ਸਾਨੂੰ ਵਧੀਆ ਵਾਤਾਵਰਨ ਚਾਹੀਦਾ ਜਿਹਦਾ ਕਰਕੇ ਅਸੀਂ ਬਿਮਾਰ ਹੋ ਰਹੇ ਹਾਂ। ਜੇ ਵਾਤਾਵਰਨ ਸਾਫ਼ ਹੋਵੇ ਸਾਨੂੰ ਬਿਮਾਰੀ ਦੀ ਲੋੜ ਹੀ ਨਹੀਂ ਪੈਂਦੀ, ਸਾਨੂੰ ਹਸਪਤਾਲਾਂ ਦੀ ਲੋੜ ਪੈਂਦੀ। ਜਿਹੜੀਆਂ ਕੈਂਟਰੀਆਂ 'ਚ ਵਾਤਾਵਰਨ ਨੂੰ ਸਾਫ਼ ਰੱਖਦੇ, ਧਰਤੀ ਵਾਲਾ ਪੀਣ ਵਾਲਾ ਸਾਫ਼ ਪਾਣੀ ਆ, ਉੱਥੇ ਬਿਮਾਰੀਆਂ ਬਹੁਤ ਘੱਟ ਆ। ਬਸ ਇਸੇ ਕਰਕੇ ਆ ਕਿ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨਵਾਂ ਵਾਅਦੇ ਕਰਦੀਆਂ। ਹੁਣ ਜੇ ਆਪਾਂ ਦੇਖ ਲਈਏ ਤਾਂ ਇੱਕ ਹਰੇਕ ਪਾਸੇ ਕਹੀ ਜਾਂਦਾ ਸੀ ਆਹ ਫਰੀ ਕਰਾਂਗੇ, ਆਹ ਮਾਫ਼ ਕਰਾਂਗੇ, ਪਰ ਜਿਹੜੇ ਬੇਰੁਜ਼ਗਾਰ ਫਿਰਦੇ ਹੈਗੇ, ਜਦੋਂ ਫਾਰਮ ਭਰਨ ਜਾਂਦੇ ਉਦੋਂ ਕਿਸੇ ਤੋਂ 1500 ਲਿਆ ਜਾਂਦਾ, ਕਿਸੇ ਤੋਂ 2000 ਲਿਆ ਜਾਂਦਾ, ਕਿਸੇ ਤੋਂ 1000 ਰੁਪਇਆ ਲਿਆ ਜਾਂਦਾ, ਪਰ ਕਿਸੇ ਨੇ ਇਹ ਕਿਹਾ ਵੀ ਜਿਹੜੀ ਅਪਲਾਈਮੈਂਟ ਹੋਊਗੀ ਉਹਦੇ ਫਾਰਮ ਦਾ 100 ਜਾਂ 50 ਰੁਪਏ ਫੀਸ ਹੋਊਗੀ,
देखो जी इतना प्राइवेट जिन्ना बेरोजगारी है हरेक आपकी दुकान ला के बहुत कोई 2000 भरा कोई 2500 भरा सरकार को चाहिए कि जो नौकरियां देनिया पहले चिट्ठी कढ़न कि इस कैटेगरी इस महकमे इनिया नौकरियां भरनिया फलाने तो सरकारी फार्म मिलू वो तुम फार्म भरो जो खुला छड़ देंगे सरकार फिर प्राइवेट लुट करते हैं। सरकार ने एक कैलेंडर जारी करना होंगे उस दसना होंगे भी असं कि नौकरियां दी मूहले समय से अं कि देनिया पंजाब सरकार आप तो वह कैलेंडर नहीं जारी कर सके पर सियासी पार्टियां लोगों के मुद्दे प्रति ज्यादा संजीद नहीं इसे करके जी पंजाब नूं मार पै रही है सरकार वालों जी उन्हों की फीस रखी जाती है भी ये फार्म की 1000 रुपया फीस है जां 500 है जां 1500 रुपया वो सरकारी फीस तय करती है वो सरकारी खाते च पाउणी पैंदी है। देखो जी पहली गल तो इन्नी फीस की लोड़ ही नहीं जो असी सातों सरकार टैक्स लेंदी है जो असी सरकार नूं टैक्स पे करते हैं क्यों ये तो सरकार एक पैसा बनाने की खातर किसी का 500 रखता किसी का 1000 रखता सरकार हर वेले पैसे पा दे भी कितों ना कितों साडे खजाने पैसे उन्होंने देना लोगों को कुछ नहीं। मैं फिर भी कहना भी जो किसी नौकरी देनी कुछ भी आ सरकार की मुढ़ली जिम्मेदारी है कि जो फार्म है चाहे फैल आ वो लोगों को घट रेट से दी जाए ता कि जो नौकरी है चाहे कुछ भी करना फार्म अप्लाई करने वेले कोई समस्या ना आए। हुण की है कि हरेक थां शर्त ला दे अगले मजबूरी देना पैंदा सरकार की जिम्मेवारी होंगी कि लोगों जो कोई फाइल देनी है चाहे फार्म देना ऑटोमेटिकली सरकार की जिम्मेदारी फीस नहीं लानी चाहिए। हूँ जब जो देख लीए एक ही नौकरी होंगी है कलर्क की नौकरी ला लो भी हरेक महकमे कलर्क की नौकरी है वो वास्ते अलग अलग फार्म भरने भरे जाते हैं जो कोई क्वालिफिकेशन भी एक होंगी है क्यों ना यह एक बार च टेस्ट लिया जाए सारे कलर्कों एक किस्म की जी नौकरी है वो एक बार च टेस्ट लिया जाए तो एक ही फार्म भराया जाए। सिद्धू साहब जी मैंने ये दसो भी टीचर ने तो बच्चे पढ़ाने ना आ बी एड वाला जे पी टी वाला फलाना वाला ढिमका एक टीचर दिन 10 कैटेगरियां बनाइया तो उन्हें पढ़ाना बच्चा जानी कि सरकार का मतलब है कि उन्होंने अलग अलग करके ये दिखाया जाए हूँ टेस्ट आ कहते यार टेस्ट लेना वो टेस्ट की लड़ ही नहीं पैंती तुम देखो भी आह क्वालिफिकेशन आ बच्चे पढ़ा सकते उन्होंने तुम रख लो पर सरकार ने नौकरी ना जीना ना हो ना वो फिर तरह तरह की सब कुछ कर रही है इस करके जी साडे पंजाब नूं मार पै रही है बंदी दी क्वालिफिकेशन नहीं पैंदी भी बच्चे ने कर लिया बी एड कर लिया उस बाद होर की लोड़ है एक टेस्ट टेस्ट लाता वो टेस्ट तो बाद फिर नहीं रखा जाना जानी कि नौकरी नहीं देनी शर्तां ला देनियां। मैं कीर्ति किसानी दा सूबा प्रधान नरपाल सिंह टुड्डी के अज असी एक साल असी दिल्ली च लड़के आए हैं उत्थे साड़ियां कुछ मंगा असी बड़ियां मंगा साड़ियां मन्नियां गई जिवें 3 कानून वापस हो गए पर जिहड़ा MSP का सवाल करजे का सवाल अजे होर बहुत सारे सवाल खड़े आ उहदे लई असी जिहड़ा कर्जदारी की माफ़ी का सवाल है पंजाब च वह बहुत वड्डा सवाल है जिहड़ा इसे ही शहर दे विच अमरिंदर सिंह ने गुटका साहब के हाथ रख के कहा भी मैं सारा कर्जा माफ़ करूँ पर कुछ कम नहीं होया असी दोबारा अंदोलन वढ़न जा रहे हैं ये दोबारा असी अंदोलन वढ़ांगे तो इदों बिना सेहत सहूलतां होर गल्लां पढ़ाई का सवाल वह भी असी इन्हां दिनां दे विच जदों चोणां वाले लोग आउणगे इन्हां कोले रखांगे भी जिहड़ा सेहत का बहुत वड्डा सवाल है ये तो असी लोगों प्रचार करांगे लोगों जावांगे ये साडा अंदोलन किस तरह हैं अंदोलन किस तरह जा रहे अजे तो असी डेमोस्ट्रेशन करांगे 31 तरीक न असी सारे जिला हेडक्वार्टर के उत्ते मुजहरे करांगे मतलब जेडे मोदी ने साडा होया सी भी जिहड़े उन्हें पूरे नहीं किए मंग उहदे लई सारे इंडिया के 31 तरीक न डेमोस्ट्रेशन किए जाएंगे डिस्ट्रिक्ट हेडक्वार्टर असी किसी की सपोर्ट नहीं करांगे क्योंकि सानू लगता इन्हां चो कोई भी जिहड़ा साडे मामलियां दी हल करन वाली नहीं बहुत सारिया पार्टियां नूं असी वेख चुके हाँ अकाली दल नूं वेख चुके हाँ कांग्रेस नूं वेख चुके हाँ आम आदमी पार्टी का कोई हाल बहुत चंगा नहीं ये सारे ही लोग है जिहड़े ये साडियां वोटां दे हकदार नहीं गए असी समझदे हां जे कोई साडे मंगां ते कोई ठोस कोई साडे नाल पार्टी गल करू तो असं वोटा पावे नहीं अदरवाइज असं किसान भी आ रहे हो तो वोटा वास्ते किसान भी आने कोई गल नहीं असं वो वेख लेंगे वो भी आधारे कैंडीडेट लेंदे फिरदे आ उन्होंने आपदे कैंडीडेट नहीं टक्करदे ये सन किसान आगू जिन्हों का कहना कि जिहड़ियां साडियां कुछ मंगाइयां उन्हां नूं पूरा करन दे लई साडे वल्लों ये जिहड़ियां मीटिंगां कीतियां जांदियां अते अगलियां जिहड़ियां मंगाइयां वह भी असं पूरियां करा के फिर ही दम लवांगे। बठिंडा तो GTV लई नव सिंह सिद्धू दी रिपोर्ट। आ लै चूरी बन दिती है गरम गरम रोटी ते दाल लई बंते नूं दुपहरे घर भेज देवी ते बेबे मेरी रोटी आ पई है।
मंजे ते। ठीक है तंतु। हाँ रब सदा सलामत रखे बादल नू। सस्ता आटा ते दाल दवा के सानू गरीबां नू दो जून दी रोटी पक्की कर दिती। आटा दाल स्कीम नाल असी असी भुखे नहीं सोए कदे। ऐतकी वोट बादल नू ही पौनी है, गलती ना करी इस बार। वोट पानी उन्हां नू जड़े समझण साडे दर्दां नू।